ਕਿ ਬੀਬਾ ਮੈਂ ਤਾਂ ਅੱਗ ਲੈ ਕੇ ਜਾਣੀ ਹੈ, ਮੈਂ ਕੋਈ ਕਸਤੂਰੀ ਦਾ ਗਾਹਕ ਨਹੀਂ, ਨਾ ਕੋਈ ਫੁੱਲਾਂ ਦਾ ਪੌੜਾ, ਮੈਂ ਤਾਂ ਇੱਕ ਨਿਮਾਣਾ ਜਿਹਾ ਚੇਲਾ ਹੈ ਆਪਣੇ ਮੁਰਸ਼ਦ ਦਾ, ਆਪਣੇ ਗੁਰੂ ਦਾ। ਮੈਂ ਤਾਂ ਆਪਣੇ ਮੁਰਸ਼ਦ ਲਈ ਗਰਮ ਜਲ ਕਰਕੇ ਦੇਣਾ, ਮੇਰਾ ਨਿਤਨੇਮ ਆ। ਇਸ ਕਰਕੇ ਕਿਰਪਾ ਕਰਕੇ ਜਿਹਦੇ ਕੋਲ ਅੱਗ ਹੈ ਤਾਂ ਅੱਗ ਦੇ ਦੇ। ਗੁਰਮੁਖੋ ਕਹਿੰਦੇ ਮੋੜ ਕੇ ਅੱਗੋਂ ਕਣਕਾਂ ਵੇਸਲਾ ਮਖੌਲ ਕਰਨ ਲੱਗਿਆ ਬਾਬਾ ਫਰੀਦ ਜੀ ਦੇ ਨਾਲ। ਉਹਨੇ ਸੋਚਿਆ ਕਿ ਕੋਈ ਇੱਦਾਂ ਦਾ ਹੀ ਕੋਈ ਮਲੰਗ ਹੋਵੇਗਾ, ਟੁਕੜ ਗਦਾਈ ਚੇਲਾ ਹੋਵੇਗਾ, ਮਖੌਲ ਕਰਨ ਲੱਗਿਆ ਬਾਬਾ। ਇਸ ਦਰਦ ਤੋਂ ਹਰ ਚੀਜ਼ ਮਿਲਦੀ ਹੈ, ਇੱਥੇ ਜਿਸਮ ਵੀ ਵਿਕਦੇ ਆ ਪਰ ਉਹਦਾ ਮੁੱਲ ਤਾਰਨਾ ਪੈਂਦਾ ਹੈ। ਜੇ ਤੈਨੂੰ ਅੱਗ ਚਾਹੀਦੀ ਹੈ ਤੈਨੂੰ ਅੱਗ ਜ਼ਰੂਰ ਮਿਲ ਸਕਦੀ ਹੈ, ਪਰ ਇਹਦਾ ਮੁੱਲ ਤਾਰਨਾ ਪਵੇਗਾ, ਤੂੰ ਇਹਦਾ ਮੁੱਲ ਕੀ ਤਾਰੇਗਾ। ਆਓ ਜਿਸ ਤਰ੍ਹਾਂ ਗਣਕਾ ਵੇਸਵਾ ਬਾਬਾ ਫਰੀਦ ਦੇ ਕੋਲੋਂ ਅੱਗ ਦੇ ਬਦਲੇ ਮੁੱਲ ਕਹਿ ਰਹੀ ਹੈ ਕਿ ਇਹਦੇ ਬਦਲੇ ਜੇਕਰ ਤੂੰ ਅੱਗ ਚਾਹੀਦੀ ਹੈ ਤਾਂ ਆਪਣੀ ਅੱਖ ਦਾ ਆਨਾ ਦੇ ਦੇ ਤਾਂ ਤੈਨੂੰ ਅੱਗ ਮਿਲ ਸਕਦੀ ਹੈ। ਇਹਦੇ ਬਦਲੇ ਦੇ ਵਿੱਚ ਸੁਣੋ ਪ੍ਰੇਰਣਾ ਕਰਦਾ ਵੀ ਆਖਿਆ ਜਦੋਂ ਫਕੀਰ ਨੇ ਹੈ ਪਾਲਕ ਦੀ ਲੋੜ, ਗਣਕਾ ਅੱਗੋਂ ਫਕੀਰ ਨੂੰ ਕਰੇ ਇਸ ਤਰ੍ਹਾਂ ਮੋੜ। ਬਈ ਗੱਲ ਸੁਣ ਕੇ ਬਾਬੇ ਦੀ ਅੱਗੇ ਉਹ ਇੰਜ ਬੋਲਦੀ ਨੋਰ, ਮੈਂ ਦਰ ਤੇ ਆਏ ਬੰਦੇ ਹਰ ਇੱਕ ਦੀ ਮਨਸ਼ਾ ਪੂਰਾ। ਉਹ ਸਾਨੂੰ ਕੋਈ ਸ਼ਰਮ ਨਹੀਂ ਭਾਵੇਂ ਕੋਈ ਫਰਕ ਸਲਾਹੇ ਦਿੰਦੇ, ਅਸੀਂ ਕੀਮਤ ਲਏ ਬਿਨਾ ਕਿਸੇ ਨੂੰ ਚੀਜ਼ ਮੁਫਤ ਨਾ ਦਿੰਦੇ। ਗੱਲ ਸੁਣ ਕੇ ਬਾਬੇ ਦੀ ਅੱਗੇ ਉਹ ਇੰਜ ਬੋਲਦੀ ਨੂੜਾ, ਮੈਂ ਦਰ ਤੇ ਆਏ ਵੇ ਬੰਦੇ ਹਰ ਇੱਕ ਦੀ ਮਨਸ਼ਾ ਪੂਰਾ। ਉਹ ਸਾਨੂੰ ਕੋਈ ਸ਼ਰਮ ਨਹੀਂ ਭਾਵੇਂ ਕੋਈ ਫਰਕ ਸਲਾਹੇ ਦਿੰਦੇ, ਅਸੀਂ ਕੀਮਤ ਲਏ ਬਿਨਾ ਕਿਸੇ ਨੂੰ ਚੀਜ਼ ਮੁਫਤ ਨਾ ਦਿੰਦੇ। ਬਈਮਤ ਸਾਡੀ ਨਜ਼ਰ ਦੇ ਤਾਂ ਇੱਕ ਸਮਰਾਜ ਰੰਗ ਸ਼ਾਹ ਫਕਰ, ਕੋਈ ਪਿਆਰ ਮੁਹੱਬਤ ਨਹੀਂ ਕਿਸੇ ਸੰਗ ਇੱਕ ਮਾਇਆ ਦਾ ਚੱਕਰ। ਉਹ ਬੰਦੇ ਰੰਗ ਮਲੰਗਾਂ ਨੂੰ ਟੁਕਣ ਨਾ ਨੇੜੇ ਦੇਣ ਕਰਦੇ, ਅਸੀਂ ਕੀਮਤ ਲਏ ਬਿਨਾ ਕਿਸੇ ਨੂੰ ਚੀਜ਼ ਮੁਫਤ ਨਾ ਦਿੰਦੇ। ਬਈ ਅਸੀਂ ਦੂਜਾ ਤਾਰੀਆਂ ਨੂੰ ਹੁਸਨ ਦੇ ਘੇਰ ਪਸਾਈਏ ਜਾਲ ਚ, ਘਰੋਂ ਮੰਗ ਤੇ ਬਣਾ ਕੇ ਤੇ ਕੱਢ ਦਈਏ ਸਿਰਫ ਸਾਲ ਦੋ ਸਾਲ ਚ। ਕੀਮਤ ਲਏ ਬਿਨਾ ਕਿਸੇ ਨੂੰ ਚੀਜ਼ ਮੁਫਤ ਨਾ ਦਿੰਦੇ। ਬਈ ਮੈਂ ਪੰਡਗ ਨਾਹਾਂ ਦੀ, ਮੈਂ ਪੰਡਗ ਨਾਹਾਂ ਦੀ, ਤੂੰ ਹੈ ਨੇਕ ਨੀਅਤ ਦਾ ਪੁੱਤ, ਦੱਸ ਅੱਗ ਤੇ ਪਾਣੀ ਦਾ ਚਸਤੀਆ ਕਿਵੇਂ ਜਚੂਗਾ ਸੌਦਾ। ਉਹ ਮੈਂ ਭਾਗਣ ਨਰਕਾਂ ਦੀ, ਤੁਸੀਂ ਹੋ ਕਾਬਲ ਪਛਤ ਬਛਿੰਦੇ, ਅਸੀਂ ਕੀਮਤ ਲਏ ਬਿਨਾ ਕਿਸੇ ਨੂੰ ਚੀਜ਼ ਮੁਫਤ ਨਾ ਦਿੰਦੇ। ਬਈ ਤੂੰ ਕੀ ਮੁੱਲ ਤਾਰੇਗਾ, ਤੇਰੇ ਕੋਲ ਨਾ ਦਿਸਦਾ ਤਿਲ, ਤੂੰ ਕਿਸੇ ਪਖੰਡੀ ਦਾ ਲੱਗਦਾ ਹੈ ਟੁਕੜ ਗਦਾਈ ਚੇਲਾ। ਉਹ ਮੈਂ ਬਹੁਤੇ ਵੇਖੇ ਆ ਪੇਟ ਦੀ ਖਲ ਵਿੱਚ ਲੁਕੇ ਦਰਿੰਦੇ, ਅਸੀਂ ਕੀਮਤ ਲਏ ਬਿਨਾ ਕਿਸੇ ਨੂੰ ਚੀਜ਼ ਮੁਫਤ ਨਾ ਦਿੰਦੇ। ਬਈ ਜੇ ਸੱਚਾ ਸੇਵਕ ਹੈ ਤਾਂ ਅੱਗ ਲੈ ਜਾ ਪੂਰ ਨਿਸ਼ਾਨਾ, ਅੱਗ ਦਾ ਮੁੱਲ ਦੇਣਾ ਪਊ ਉਕਰ ਕੇ ਖੱਬੀ ਅੱਖ ਦਾ ਆਨਾ। ਉਹ ਮੈਂ ਪੱਟੀ ਕਰ ਦੂੰਗੀ ਰੂਈ ਦੇ ਰੱਖ ਕੇ ਹੇਠ ਕਲੰਦੇ, ਅਸੀਂ ਕੀਮਤ ਲਏ ਬਿਨਾ ਕਿਸੇ ਨੂੰ ਚੀਜ਼ ਮੁਫਤ ਨਾ ਦਿੰਦੇ। ਰਜਬਲੀ ਕਵੀ ਸ਼ਰਦਾ, ਰਜਬਲੀ ਕਵੀ ਸ਼ਰਦਾ, ਹਨਸ਼ਸ਼ਸ ਵਧੀਆ ਕਾੜ ਤਾਂ ਕੜਦਾ, ਜਸਵਿੰਦਰ ਸਾਹੋ ਤੋਂ ਉੱਚੀ ਸੁਰ ਕੱਢ ਕੇ ਕਾਫੀਏ ਪੜਦਾ। ਉਹ ਮਨ ਮੋਣੀਆਂ ਹੇਕਾਂ ਨੂੰ ਗਗਨ ਵਿੱਚ ਖੜ ਕੇ ਸੁਣਨ ਪਰਿੰਦੇ, ਗਗਨ ਵਿੱਚ ਖੜ ਕੇ ਸੁਣਨ ਪਰਿੰਦੇ, ਅਸੀਂ ਕੀਮਤ ਲਏ ਬਿਨਾ ਕਿਸੇ ਨੂੰ ਚੀਜ਼ ਮੁਫਤ ਨਾ ਦਿੰਦੇ।
ਕਹਿੰਦੇ ਬਾਬਾ ਫਰੀਦ ਜੀ ਨੂੰ ਵੇਸਵਾ ਕਹਿਣ ਲੱਗਿਆ, ਬਾਬਾ ਇਸ ਦਾਤੇ ਤੋਂ ਹਰ ਸ਼ੈ ਮਿਲ ਸਕਦੀ ਹੈ, ਹਰ ਚੀਜ਼ ਮਿਲ ਸਕਦੀ ਹੈ, ਪਰ ਉਹਦਾ ਮੁੱਲ ਤਾਰਨਾ ਪੈਂਦਾ। ਸਾਡੇ ਇਸ ਦਰ ਦੇ ਉੱਤੇ ਵੱਡੇ ਵੱਡੇ ਦੂਜਾਧਾਰੀ ਆਉਂਦੇ ਆ, ਦੌਲਤਮੰਦ ਆਉਂਦੇ ਆ, ਅਤੇ ਅਸੀਂ ਪਲ ਦੇ ਵਿੱਚ ਉਹਨਾਂ ਨੂੰ ਨੰਗ ਮਲੰਗ ਬਣਾ ਕੇ ਤੋਰ ਦਿੰਦੇ ਹਾਂ। ਇਸ ਕਰਕੇ ਜੇ ਤੈਨੂੰ ਅੱਗ ਚਾਹੀਦੀ ਆ ਨਾ, ਅੱਗ ਤੈਨੂੰ ਮਿਲ ਸਕਦੀ ਹੈ, ਪਰ ਅੱਗ ਦੇ ਬਦਲੇ ਤੈਨੂੰ ਕੁਝ ਦੇਣਾ ਪਵੇਗਾ। ਗੁਰਮੁਖ ਕਹਿੰਦੇ ਬਾਬਾ ਫਰੀਦ ਜੀ ਕਹਿਣ ਲੱਗਾ ਵੀ ਇਸ ਟਾਈਮ ਤਾਂ ਮੇਰੇ ਕੋਲ ਕੁਝ ਨਹੀਂ। ਕਹਿੰਦੇ ਅੱਗੋਂ ਗੜਕਾ ਨੇ ਫਿਰ ਮਖੌਲ ਕੀਤਾ, ਉਹਨੇ ਸੋਚਿਆ, ਕਹਿਣ ਲੱਗੀ ਆ ਬਾਬਾ ਫਰੀਦ ਜੀ ਨੂੰ ਕਿ ਵੇਖ ਬਾਬਾ, ਮੈਨੂੰ ਇੰਝ ਲੱਗਦਾ ਵੀ ਤੂੰ ਵੀ ਨੰਗ ਮਲਾਂਗਾ ਜਾਂ ਤੇਰਾ ਗੁਰੂ ਵੀ ਐਸਾ ਹੀ ਹੋਵੇਗਾ, ਇੱਥੋਂ ਵਾਪਸ ਚਲਾ ਜਾ, ਤੈਨੂੰ ਅੱਗ ਨਹੀਂ ਮਿਲ ਸਕਦੀ। ਤਾਂ ਗੁਰਮੁਖ ਬਾਬਾ ਫਰੀਦ ਜੀ ਕਹਿਣ ਲੱਗੇ, ਭਾਈ ਬੀਬਾ ਮੈਨੂੰ ਕੁਝ ਮਰਜ਼ੀ ਕਹਿ ਲਾ, ਪਰ ਮੇਰੇ ਗੁਰੂ ਨੂੰ ਮੰਦਾ ਨਾ ਬੋਲੀ, ਮੇਰਾ ਮੁਰਸ਼ਦ ਪੂਰਨ ਗੁਰੂ ਆ। ਤਾਂ ਗੁਰਮੁਖੋ ਕਹਿੰਦੇ ਅੱਗੋਂ ਵੇਸਣਾ ਕਹਿਣ ਲੱਗੀ ਆ, ਬਾਬਾ ਜੇ ਤੈਨੂੰ ਅੱਗ ਚਾਹੀਦੀ ਹੈ ਤਾਂ ਅੱਗ ਦੇ ਬਦਲੇ ਫਿਰ ਆਪਦੀ ਅੱਖ ਦਾ ਆਨਾ ਦੇ ਜਾ, ਜੇ ਤੈਨੂੰ ਆਪਣੇ ਗੁਰੂ ਦੇ ਨਾਲ ਇੰਨਾ ਪ੍ਰੇਮ ਆ ਨਾ, ਤੇਰੀ ਅੱਖ ਦੇ ਆਨੇ ਦੇ ਬਦਲੇ ਤੈਨੂੰ ਅੱਗ ਮਿਲ ਸਕਦੀ ਹੈ। ਲਾਗੀ ਕਸੌਟੀ ਪੂਰੇ ਗੁਰੂ ਦੀ, ਕਬੀਰ ਕਸੌਟੀ ਰਾਮ ਕੀ, ਝੂਠਾ ਟਕੇ ਨਾ ਕੋਏ ਰਾਮ ਕਸੌਟੀ ਸੁਣ ਕੈ, ਰਾਮ ਕਸੌਟੀ ਸੋ ਸਹਿ, ਸੋਰੀ ਕਬੀਰ ਕਸੌਟੀ ਰਾਮ ਕੀ, ਝੂਠਾ ਟਕੇ ਨਾ ਕੋਏ ਰਾਮ ਕਸੌਟੀ ਸੋ ਸਹਿ, ਜੋ ਮਰਜ਼ੀ ਵਾ ਹੋਵੇ। ਕਹਿੰਦਾ ਪਹਿਲਾਂ ਮਨ ਕਬੂਲ ਕਰ, ਜੀਵਨ ਕੀ ਸਾਡਾ ਆਸ, ਹੋ ਸਪਨਾ ਕੀ ਰੈਣਕਾ ਤੋਂ ਆਓ ਹਮਾਰੇ ਪਾਸ। ਗੁਰਮੁਖੋ ਜਿਹੜਾ ਗੁਰੂ ਦਾ ਪ੍ਰੇਮ ਆ ਨਾ, ਅਤੇ ਉਹ ਹਮੇਸ਼ਾ ਕੋਈ ਨਾ ਕੋਈ ਤਿਆਗ ਮੰਗਦਾ। ਇਸੇ ਤਰ੍ਹਾਂ ਬਾਬਾ ਫਰੀਦ ਜੀ ਨੂੰ ਜਦੋਂ ਉਸ ਵੇਸਪਾ ਨੇ ਕਿਹਾ ਕਿ ਜੇਕਰ ਤੈਨੂੰ ਅੱਗ ਚਾਹੀਦੀ ਹੈ ਤਾਂ ਅੱਗ ਦੇ ਬਦਲੇ ਤੈਨੂੰ ਅੱਖ ਦਾ ਆਨਾ ਦੇਣਾ ਪਊਗਾ। ਗੁਰਮੁਖ ਕਹਿੰਦੇ ਉਸ ਟਾਈਮ 'ਤੇ ਬਾਬਾ ਫਰੀਦ ਕਹਿਣ ਲੱਗਾ, ਇਉਂ ਕਰ ਬੀਬਾ ਜਲਦੀ ਕਰ, ਛੁਰੀ ਲੈ ਕੇ ਆ ਅਤੇ ਮੈਂ ਤੈਨੂੰ ਆਪਣੀ ਅੱਖ ਦਾ ਆਨਾ ਉੱਕ ਕੇ ਦੇਵਾਂ ਅਤੇ ਨਾਲ ਮੈਨੂੰ ਅੱਗ ਲਿਆ ਦੇ। ਆਓ ਪਿਆਰੋ, ਜਿਵੇਂ ਬਾਬਾ ਫਰੀਦ ਆਪਣੀ ਅੱਖ ਦਾ ਆਨਾ ਕੱਢ ਕੇ ਨੂਰਾ ਵੇਸਵਾ ਦੇ ਤਲੀ 'ਤੇ ਧਰਦਾ ਹੈ, ਉਹਨਾਂ ਲੈਣਾ ਨੂੰ ਜਿੱਥੇ ਮਤਲਬ ਉਹ ਬੇਨਤੀ ਕੀਤੀ ਜਾ ਰਹੀ ਹੈ। ਸੁਣ ਕੇ ਮੰਗਤ ਵੈ ਪਦੀ ਹੁਆ ਫਰੀਦ ਨਿਹਾਲ, ਜਾ ਚਾਕੂ ਜਾ ਕਰ ਦੇ ਅੱਖ ਦੇ ਤੁਰਤ ਨਕਾਲ, ਬਈ ਕੱਢ ਕੇ ਕਰ ਦੋ ਚਮਕ ਦੀ ਹੱਥ ਫੜਾ ਦੀ ਕਣਕਾ ਦੀ, ਜੀ ਅੰਨਾ ਉਹ ਕਰਕੇ ਤੇ ਕਣਕਾ ਹੱਥ ਫੜਾ, ਲਗਾ ਕੇ ਗਲ ਵਿੱਚ ਜੋੜਾ ਪਾ ਲਿਆ ਜੀ,
ਪਾਸ ਬੱਲਾ ਲਿਆ ਉਹ ਆ ਗਿਆ ਜਦੋਂ ਕਵਾਜਾ ਪਛਲਿਆ ਰੱਬ ਦੇ ਪਿਆਰੇ ਜੀ ਕਾ ਦਾ ਜ਼ਖਮ ਹੋ ਗਿਆ ਅੱਖ ਤੇ ਫਾਹ ਤਰਾ ਲਿਆ ਉਹ ਕਹੇ ਫਰੀਦ ਪੀਰ ਜੀ ਇਹ ਮੇਰੀ ਅੱਖ ਆਈ ਹੈ ਸੱਚ ਅੱਖਾਂ ਇਸੇ ਕਰਕੇ ਪੱਟਾ ਨੇ ਤਰ ਉੱਤੇ ਤਰਾ ਲਿਆ ਸਤਨਾਮ ਸ਼੍ਰੀ ਵਾਹਿਗੁਰੂ। ਕਹਿੰਦੇ ਬਾਬਾ ਫਰੀਦ ਜੀ ਨੂੰ ਕਹਿੰਦੇ ਨੂਰਾ ਬੇਸਵਾ ਨੇ ਜਦੋਂ ਅੱਗ ਲੈ ਕੇ ਦਿੱਤੀ ਉਹਨੇ ਤਾਂ ਮਖੌਲ ਕੀਤਾ ਸੀ। ਜਦੋਂ ਬਾਬਾ ਫਰੀਦ ਜੀ ਨੇ ਅੱਖ ਦਾ ਆਨਾ ਕੱਢ ਕੇ ਨੂਰਾ ਬੇਸਵਾ ਦੇ ਤਲੀ ਤੇ ਰੱਖ ਦਿੱਤਾ ਤੇ ਕਹਿੰਦੇ ਨੂਰਾ ਬੇਸਵਾ ਥਰ ਥਰ ਕੰਬਣ ਲੱਗੀ ਹੈ ਤੇ ਬਾਬਾ ਫਰੀਦ ਜੀ ਦੇ ਚਰਨੀ ਡਿੱਗੀ। ਬਾਬਾ ਜੀ ਮੈਂ ਤਾਂ ਬਹੁਤ ਵੱਡੀ ਗਲਤੀ ਹੋ ਗਈ ਹੈ, ਮੈਂ ਤਾਂ ਪਹਿਲੇ ਗੁਨਾਹਾਂ ਦੀ ਪੰਡ ਸੀ ਤੇ ਇੱਕ ਹੋਰ ਪਾਪ ਆਪਣੇ ਸਿਰ ਲੈ ਲਿਆ। ਕਹਿੰਦੇ ਜਲਦੀ ਦੇ ਨਾਲ ਰਸੋਈ ਵਿੱਚ ਗਈ ਹੈ, ਹਲਦੀ ਤੇ ਤੇਲ ਦਾ ਦੀਪ ਲਾ ਕੇ ਬਾਬਾ ਫਰੀਦ ਜੀ ਨੂੰ ਕਹਿੰਦੇ ਅੱਗ ਦੇ ਕੇ ਹੱਥ ਬੰਨ ਕੇ ਬੇਨਤੀ ਕੀਤੀ ਹੈ ਕਿ ਮੈਂ ਬਖਸ਼ਣ ਦੇ ਯੋਗ ਤਾਂ ਹੈ ਨਹੀਂ, ਪਰ ਤੂੰ ਜਾ ਆਪਣੇ ਮੁਰਸ਼ਦ ਦਾ ਜਾ ਕੇ ਇਸ਼ਨਾਨ ਕਰਾ, ਆਪਣਾ ਨਿਤ ਨੇਮਣਾ ਤੋੜ, ਜਾ ਕੇ ਸੇਵਾ ਕਰਾ। ਗੁਰਮੁਖੋ ਕਹਿੰਦੇ ਬਾਬਾ ਫਰੀਦ ਜੀ ਆਪਣੇ ਡੇਰੇ ਵਿੱਚ ਪਹੁੰਚਿਆ ਤੇ ਗਰਮ ਜਲ ਕੀਤਾ, ਆਪਣੇ ਮੁਰਸ਼ਦ ਦਾ ਇਸ਼ਨਾਨ ਕਰਾਇਆ ਤੇ ਮੁਰਸ਼ਦ ਨੂੰ ਇਸ਼ਨਾਨ ਕਰਾਉਣ ਤੋਂ ਜਦੋਂ ਆਸਣ ਲਾਇਆ ਤੇ ਬਾਬਾ ਫਰੀਦ ਜੀ ਦਾ ਮੁਰਸ਼ਦ ਖਵਾਜਾ ਪੀਰ ਕੁਤਬਦੀਨ ਤਿਆਰ ਕਾਕੀ ਜੀ, ਗੁਰਮੁਖੋ ਜਦੋਂ ਭਗਤੀ ਵਿੱਚ ਬੈਠਾ ਤੇ ਭਗਤੀ ਕੀਤੀ ਜਦੋਂ ਸੂਰਜ ਦੇਵਤਾ ਚੜਿਆ ਤੇ ਬਾਬਾ ਫਰੀਦ ਜੀ ਦੂਰ ਦੂਰ ਪਾਸੇ ਪਾਸੇ ਫਿਰਦਾ ਹੈ ਪਰ ਜਾਣੀ ਜਾਣ ਮੁਰਸ਼ਦ ਕਹਿਣ ਲੱਗਾ ਬਾਬਾ ਫਰੀਦ ਜੀ ਨੂੰ, ਉਹ ਫਰੀਦਿਆ ਅੱਜ ਆਖਣਾ ਅੱਖ ਨਹੀਂ ਬੁਲਾ ਰਿਹਾ, ਕੀ ਗੱਲ ਆ ਆਦਰੀ ਅੱਖ ਤੇ ਪੱਟੀ ਜੀ ਕਿਉਂ ਬੰਨੀ ਹੈ। ਗੁਰਮੁਖ ਜਦੋਂ ਆਪਣੀ ਅੱਖ ਦੁਖਣੀ ਆਈ ਹੋਵੇ ਨਾ ਆਪਾਂ ਕਹਿ ਦਿੰਦੇ ਹਾਂ ਵੀ ਸਾਡੀ ਅੱਖ ਆਈ ਹੈ। ਕਹਿੰਦੇ ਬਾਬਾ ਫਰੀਦ ਕਹਿਣ ਲੱਗਾ ਮੇਰੇ ਮੁਰਸ਼ਦ ਤੁਸੀਂ ਫਿਕਰ ਨਾ ਕਰੋ ਮੇਰੀ ਅੱਖ ਆਈ ਹੈ। ਤਾਂ ਅੱਗੋਂ ਮੁਰਸ਼ਦ ਨੇ ਬਚਨ ਕਰ ਦਿੱਤਾ ਉਹ ਫਕਰਾ ਜੇ ਅੱਖ ਆ ਗਈ ਤੇ ਫਿਰ ਫੱਟੀਆਂ ਕਾਹਦੀਆਂ, ਇਹ ਪੱਟੀ ਲਾ ਦੇ। ਗੁਰਮੁਖੋ ਕਹਿੰਦੇ ਬਾਬਾ ਫਰੀਦ ਅਜੇ ਅਣਜਾਣਾ ਰੱਬ ਸਮਝੀ ਨਾ, ਇੱਕ ਵਾਰ ਫਿਰ ਬਚਨ ਕੀਤਾ ਬਾਬੇ ਫਰੀਦ ਜੀ ਨੂੰ ਕਿ ਗੁਰਮੁਖਾ ਉਹ ਆਈਆਂ ਪੱਟੀਆਂ ਉੱਤੇ ਅੱਖਾਂ ਪੱਟੀ ਨਹੀਂ ਬੱਜਦੀ ਤੇ ਔਕਰ ਪੱਟੀ ਲਾ ਦੇ। ਗੁਰਮੁਖੋ ਬਾਬਾ ਫਰੀਦ ਜੀ ਨੇ ਜਿਸ ਟਾਈਮ ਅੱਖ ਤੋਂ ਪੱਟੀ ਲਾਹੀ ਹੈ ਤੇ ਕਹਿੰਦੇ ਅੱਖ ਨੌ ਪਰ ਨੌ ਆ ਤੇ ਉਸ ਟਾਈਮ ਤੇ ਹੁਣ ਮੁਰਸ਼ਦ ਨੇ ਉਹ ਸਾਰਾ ਪਾਜ ਖੋਲਿਆ, ਕਹਿਣ ਲੱਗੇ ਅਸੀਂ ਤੇਰਾ ਇਮਤਿਹਾਨ ਲਿਆ ਸੀ ਫਰੀਦਿਆ ਤੇ ਤੂੰ ਇਮਤਿਹਾਨ ਦੇ ਵਿੱਚੋਂ 100 ਵਟਾ 100 ਨੰਬਰ ਲੈ ਕੇ ਪਾਸ ਹੋ ਗਿਆ। ਗੁਰਮੁਖੋ ਆਓ ਜਿਸ ਤਰ੍ਹਾਂ ਬਾਬਾ ਫਰੀਦ ਜੀ ਨੂੰ ਮੁਰਸ਼ਦ ਉਹਦਾ ਰਹਿਮਤ ਦੀ ਬਾਰਿਸ਼ ਕਰ ਰਿਹਾ ਉਹਨਾਂ ਲਹਿਰਾਂ ਵਿੱਚ ਉਹ ਬੇਨਤੀ ਕੀਤੀ ਜਾ ਰਹੀ ਹੈ। ਆਖੇ ਪੀਰ ਫਰੀਦ ਨੂੰ ਮੁਰਸ਼ਦ ਨਾਲ ਪਿਆਰ, ਜੇ ਆਈ ਅੱਖ ਆ ਗਈ ਝਟਪਟ ਪੱਟੀ ਉਤਾਰ। ਭਾਈ ਪੀਰ ਕਹਿੰਦਾ ਝੂਠਾ ਬੋਲਾ ਤਾ ਫਰੀ ਦਇਆ ਨਿਕਲਿਆ ਚਾਲਾ ਕਾ ਸਿੱਧਾ ਸਾਧਾ ਦੀ ਦਇਆ। ਹਾਂਜੀ ਸੱਚੇ ਸੇਵਾਦਾਰ ਸੈਦਾ ਕੋ ਨਾ ਡੋਲਾ ਦੇਂਗੇ, ਆਈ ਐ ਪਾਇਆ ਗਈ ਅੱਖ ਪੱਟੀ ਖੋਲਾ ਦੇ। ਜਦੋਂ ਤੇਰੀ ਪਹੁੰਚ ਗਈ ਚੁੱਲੇ ਦੀ ਅੱਗ ਸੀ ਮੈਨੂੰ
ਟੱਟੀ ਖੋਲਾ ਕੇ ਉਹ ਜਦੋਂ ਤੂੰ ਤਲਕਾ ਟਿੱਕਿਆ ਛਪਾਲਾ ਸੈਂ ਮੈਂ ਉਦੋਂ ਮੈਂ ਫਾਰੀ ਪਿਆ ਤੋਂ ਸਾਦੇ ਨਾਲ ਸੈਂ ਹਾਲੀ ਫੱਕੀ ਹੋ ਜੋ ਸੁਣੀ ਦੀ ਕੈਸਾ ਮਰਸੋਲਾ ਦੇਗੇ ਆਈ ਆ ਤਾਂ ਆ ਗਈ ਅੱਖਾਂ ਪੱਟੀ ਖੋਲਾ ਦੇਗੇ ਉਹ ਬੂਰੇ ਜਾ ਖਾ ਲੋਤਾ ਸਾਡੀ ਕੌਮ ਹੋਰ ਤਰੱਕੀਆਂ ਕਰੇ ਆਓ ਬਹੁਤਾ ਸਮਾਂ ਨਾ ਲੈਂਦਾ ਹੋਇਆ ਮੈਂ ਕਵਿਤਾ ਇੱਕ ਹਾਜ਼ਰ ਹਾਂ ਇੱਕ ਅਰਦਾਸ ਬੇਨਤੀ ਦੀ ਕਵਿਤਾ ਸਿੱਖ ਕੌਮ ਦੇ ਲਈ ਸਮੁੱਚੀ ਸਿੱਖ ਸੰਗਤ ਦੇ ਲਈ ਆਓ ਸੁਣੋ ਪ੍ਰੇਮ ਨਾਲ ਬਹੇ ਸੋ ਤਸੀਂ ਜੀਵਨ ਦੇ ਪਲ ਵਿੱਚ ਖਿੜੇ ਦਿਮਾਗ ਖੁਸ਼ ਹੋ ਸੁਣ ਕਚਹਿਰੀਆਂ ਕਰਨ ਬੁਲਬਲਾਂ ਰਾਗ ਬਈ ਹੱਥ ਜੋੜ ਕੇ ਸੀਸ ਨਵਾ ਕੇ ਸਭ ਨੂੰ ਫਤਿਹ ਬਣਾਉਣੇ ਆ ਜੋ ਮੰਗਿਆ ਸੋ ਮਿਲਿਆ ਇਥੋਂ ਸੰਗਤੇ ਸੱਚ ਸੁਣਾਉਣੇ ਆ ਸੰਗਤ
ਕੱਢ ਕੇ ਬਲਾ ਫਤਿਹ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ।